levels. तो यार अच्छा मुझसे आप देख लाभ लिखा है कुछ है वो करना। हाँ बिल्कुल बिल्कुल बिल्कुल। नहीं यार मुझसे अलग बंदे वो कहना था। पहले तो थोड़ा विरसा टीवी चैनल में बहुत बहुत स्वागत है जी। मैं थोड़ा होस्ट ते दोस्त जौल। आए दिन सोशल मीडिया से कोई ना कोई मुद्दा गर्म हो रहा है। इसे तरह ही गोपी लौंगिया का भी मुद्दा काफी ज्यादा गर्म हो रहा क्योंकि गोपी लौंगिया की एक कॉल रिकॉर्डिंग लीक हुई है जिस विच कहा जा रहा है गोपी लौंगिया हुण सिद्धू मूसेवाले ते बूहेमिया के खिलाफ गाना लिखेगा। तो होर कॉल रिकॉर्डिंग विच की गल्लां बातां होईयां आओ एक झलक मारदे हां कॉल रिकॉर्डिंग दे वल। ਉਸਤਾਦ ਮੈਂ ਬੋਹਮੀਆ ਦੇ ਖਿਲਾਫ ਇੱਕ ਸ਼ਬਦ ਵੀ ਨਹੀਂ ਬਾੜਾ ਲਿਖ ਸਕਦਾ। ਮੇਰਾ ਕਿਹੜਾ ਉਹਨਾਂ ਕੋਈ ਰੰਜਿਸ਼ ਆ। ਮੈਂ ਤਾਂ ਉਹਦਾ ਫੈਨ ਆ ਹਾਲੇ ਮੂਸੇ ਵਾਲੇ ਨੂੰ ਲਿਖ ਜੇ ਲਿਖਣਾ ਦਾ ਕੁਛ। ਓ ਯਾਰ ਅੱਛਾ ਮੂਸੇ ਵਾਲੇ ਦੇ ਖਿਲਾਫ ਲਿਖਿਆ ਕੁਛ ਹੈ ਉਹ ਕਰਨਾ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਨਹੀਂ ਯਾਰ ਮੂਸੇ ਵਾਲੇ ਦਾ ਬੰਦਾ ਹੀ ਉਹ ਕਹਿਣਾ ਤਾ ਮਲਜੀ ਮੈਂ ਤਾਂ ਫੈਨ ਨਹੀਂ ਹੈਗਾ। ਫੈਨ ਮੈਂ ਬੋਹਮੀਆਂ ਦਾ ਹੀ ਆ ਪਰ ਉਹ ਬੰਦਾ ਮਲਜੀ ਬਹੁਤ ਘੈਂਟ ਬੰਦਾ ਉਸਤਾਦ। ਉਹਨੇ ਅੱਜ ਤੱਕ ਆਪਣੇ ਆਪ ਕਿਸੇ ਨਾਲ ਨੀ ਕੰਟਰੋਵਰਸੀ ਸ਼ੁਰੂ ਕੀਤੀ। ਮੈਨੂੰ ਨੀ ਯਾਰ ਇਹ ਬੰਦਾ ਵਧੀਆ ਲੱਗਦਾ ਕਈਆਂ ਨੂੰ ਲੱਗਦਾ ਮੈਨੂੰ ਨੀ। ਮੈਂ ਬੜਾ ਯਾਰ ਇਹ ਬੰਦੇ ਦਾ ਫੈਨ ਸੀਗਾ। ਮੈਂ ਵੀ ਸੁਣਦਾ ਸੀ ਇਹਨੂੰ। ਇਹਨੇ ਕੁਝ ਕਰਤੂਤ ਏਦਾਂ ਦੀ ਕੀਤੀ ਯਾਰ ਜਿਹੜੀ ਭੈਣ ਚੋ ਵਧੀਆ ਨੀ ਆਪਾਂ ਨੂੰ ਲੱਗੀ। ਤੇ ਬਸ ਵੀ ਉਹ ਤੋਂ ਬਾਅਦ ਦਾ ਗੈਪ ਪਾ ਲਿਆ ਯਾਰ। ਫਿਰ ਮੈਂ ਬੋਲਦਾ ਹੀ ਨੀ ਫਾਲਤੂ ਬੁਲਾਈ ਦਾ ਹੀ ਨੀ ਕਿਸੇ ਨੂੰ ਲੈਣਾ ਦੇਣਾ ਆਪਾਂ ਕੀ ਲੈਣਾ ਦੇਣਾ। ਠੀਕ ਆ ਅੱਜ ਦੌਰ ਇਹਦਾ ਆ ਚੱਲਣਾ ਜਿੰਨੇ ਚੱਲਣਾ ਜਿੰਨੇ ਟਾਈਮ ਚੱਲਣਾ ਚੱਲਣਾ। ਇਹ ਸੀ ਗੋਪੀ ਲੌਂਗੇ ਦੀ ਓਵਰ ਕਾਲ ਰਿਕਾਰਡਿੰਗ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ। ਤੁਹਾਡਾ ਇਸ ਮੁੱਦੇ ਬਾਰੇ ਕੀ ਵਿਚਾਰ ਆ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਹੁਣ ਤੱਕ ਲਈ ਇੰਨਾ ਹੀ। ਜਦ ਤੱਕ ਤੁਸੀਂ ਦੇਖਦੇ ਰਹੋ ਵਿਰਸਾ ਟੀਵੀ ਤੇ ਜਿਨ੍ਹਾਂ ਸਰੋਤਿਆਂ ਨੇ ਹਜੇ ਤੱਕ ਵਿਰਸਾ ਟੀਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਬੈਲ ਦੇ ਆਈਕਨ ਤੇ ਕਲਿੱਕ ਕਰਿਓ ਤਾਂ ਜੋ ਇੰਡਸਟਰੀ ਦੀਆਂ ਤੇਜ਼ ਖਬਰਾਂ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕਣ।